ਜਾਂਦੇ ਹਨ, ਬਰਦਾਸ਼ਤ ਕੀਤੇ ਜਾਂਦੇ ਹਨ, ਸ਼ੀਅਤ ਦਾ ਖਿਆਲ, ਤਬਲੀਗ ਵਿਲਾਇਤ ਵਾਸਤੇ ਜਿਹਨ ਸਾਰਿਆਂ ਤੋਂ ਪਹਿਲੇ ਜਿਹੜੇ ਬਿਸਤਰੇ ਚਾਰ ਕਟੂਰੇ ਨਾ, ਉਹ ਸਾਦੇ ਕਾਲੇ ਮੁਹੰਮਦ ਦੇ ਸ਼ਾਗਿਰਦ ਆ। ਵਾਹ ਵਾਹ ਵਾਹ। ਸਭ ਤੋਂ ਪਹਿਲੇ ਦੁਨੀਆ ਦੇ ਵਿੱਚ ਅੱਜ ਮੁਲਕ ਐਸਾ ਨਹੀਂ ਜਿੱਥੇ ਮੁਹੰਮਦ ਵਾਲੇ ਮੁਹੰਮਦ ਦੀ ਤਾਲੀਮ ਨਹੀਂ ਪਹੁੰਚੀ। ਕਿਵੇਂ ਮੁਮਕਿਨ ਹੋਇਆ? ਇਸ ਤੇ ਮਿਹਨਤ ਲੱਗੀ ਹੈ, ਇਸ ਤੇ ਕਸ਼ਟ ਹੋਇਆ, ਇਸ ਤੇ ਕੁਰਬਾਨੀਆਂ ਦਿੱਤੀਆਂ ਗਈਆਂ। ਅਲੀ ਇਬਨ ਅਬੀ ਤਾਲਿਬ ਅਲੈਹ ਸਲਾਮ ਦੀ ਮੁਹੱਬਤ ਪਿੱਛੇ ਉਹ ਛੇ ਇਮਾਮ ਅਲੈਹ ਸਲਾਮ ਦੇ ਸ਼ੀਆ ਨੂੰ ਜ਼ਿੰਦਾ ਦੀਵਾਰਾਂ ਵਿੱਚ ਚੁਣਵਾਇਆ ਗਿਆ। ਅਲੀ ਆ ਲਿਓ, ਭਾਈ ਦੇ ਸਾਹਮਣੇ ਭਾਈ ਨੂੰ ਮਾਰ ਦਿੱਤਾ ਜਾਂਦਾ, ਪਰਦੇ ਲੁੱਟ ਲਏ ਜਾਂਦੇ ਹਨ, ਔਰ ਇਸ ਦਾ ਕੁਰਬਾਨ ਕਰ ਦਿੱਤੀਆਂ ਜਾਂਦੀਆਂ ਹਨ। ਲੇਕਿਨ ਕਿਸੇ ਵੀ ਦੌਰ ਵਿੱਚ ਮੁਹੱਬਤ ਇਸ ਦਰਵਾਜ਼ੇ ਨੂੰ ਛੋੜਿਆ ਨਹੀਂ। ਹਰ ਰੋਜ਼ ਜਦੋਂ ਦਰਸ ਮੁਕਦਾ ਹੈ ਨਾ, ਰੋਜ਼ ਜਦੋਂ ਦਰਸ ਮੁਕਦਾ ਹੈ, ਰੋਜ਼ ਮਸਾਇਲ ਪੜਦੇ ਹਨ ਸਾਦੇ ਕਿਆਲੇ ਮੌਤ। ਔਰ ਇੱਕ ਲਫ਼ਜ਼ ਆਖੀ ਜਾਵਾਂ, ਸ਼ਹਾਦਤ ਆਖਰੀ ਮੌਲਾ ਦਾ ਮਦਾ ਖਾਨ ਪੜ ਸਣ, ਇਹ ਉਹ ਮਜ਼ਲੂਮ ਹੈ ਸਾਦੇ ਕਿਆਲੇ ਮੁਹੰਮਦ ਜਿਸ ਨੂੰ ਜ਼ਿੰਦਾ ਜਲਾਵਣ ਦੀ ਕੋਸ਼ਿਸ਼ ਕੀਤੀ ਗਈ। ਹਾਏ 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 ਹਾਏ। ਸਾਰੀ ਰਾਤ ਰੋ ਸਕਦੇ ਉਸ ਜੁਮਲੇ ਤੇ। ਦੁਆ ਮੰਗੋ ਮੇਰੇ ਜ਼ਹੂਰ ਵਾਸਤੇ, ਮੈਂ ਰੋ ਰੋ ਥੱਕ ਗਿਆ।